بسم اللہ الرحمن الرحیم السلام علیکم دوستو کی حال چال ہیں میں ਤੁਹਾਡਾ ਮੇਜ਼ਬਾਨ محمد شاہ ਤੇ ਤੁਸੀਂ ਦੇਖ ਰਹੇ ਹੋ ਸਾਡਾ YouTube ਚੈਨਲ ਸੁਪਰ ਟੀਵੀ دوستو ਸਭ ਤੋਂ ਪਹਿਲੇ ਤੇ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਕਰੋ ਪ੍ਰੈਸ ਤਾਂ ਕਿ ਜਿਹੜੀ ਵੀ ਵੀਡੀਓ ਲਾਈਏ ਉਹਦੀ ਭਰਾਵਾਂ ਨੂੰ ਬਰਬਖਤ ਇਤਲਾ ਮਿਲ ਸਕੇ دوستو ਆ ਇੱਕ ਘਰ ਹੈ ਅਸਰਪੁਰ ਦੇ ਕਰੀਬ ਹੀ ਹੈ ਤੇ ਉਥੋਂ ਅਸਰ ਮਾਲ ਇਹਨਾਂ ਨੇ ਫਾਰਸੇ ਲਾਇਆ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਇਹਨਾਂ ਦੇ ਕੋਲ ਤਿੰਨ ਗਾਈਆਂ ਇੱਕ ਆ ਬੱਚਾ ਸਈਵਾਲ ਕਰਾਸ ਚੋਲਸਤਾਨ ਦੇ ਨਾਲ ਉਸ ਬਾਅਦ ਤੋਂ ਅਨੁਸਾਰ ਇਹਨਾਂ ਦਾ ਮਾਲ ਚੈੱਕ ਕਰਾਣੇ ਆ ਆ ਬੱਚਾ ਇਹਨਾਂ ਦੇ ਕੋਲ ਮਾਸ਼ਾਅੱਲਾ ਬੜਾ ਜਵਾਨ ਉਸ ਬਾਅਦ ਇਹਨਾਂ ਦੇ ਕੋਲ ਇੱਕ ਆ گاਵਾ ਮੇਣੀ ਇਹ ਜਦੋਂ ਖਾਂਦੀ ਪੱਠੇ ਦੇ ਸਿੰਘ ਵੀ ਹਿਲਦੇ ਆ ਇਹਦੇ ਦੁੱਧ ਦੀ ਇਹ ਕੁਆਲਿਟੀ ਆ ਕਿ ਇਹਦਾ ਦੁੱਧ ਜਿਹੜਾ ਚੀਕਣਾ ਬਹੁਤ ਠੰਡਾ ਬਹੁਤ ਠੀਕ ਆ ਦੁੱਧ ਮਾਸ਼ਾਅੱਲਾ ਉਹਦੇ ਹੈ ਤਕਰੀਬਨ ਕੋਈ ਮੇਣੀ گاਾਂ ਦਾ ਇਹਨਾਂ ਨੇ ਦੱਸਿਆ ਸਾਨੂੰ 10-12 ਲੀਟਰ ਲੇਕਿਨ ਇਹ ਸੂਨ ਵਾਲੀ ਆ 7 ਮਹੀਨੇ ਹੋਇਆ ਇੱਕ ਆ ਪਿਓਰ ਸਹੀ ਵਾਲ ਦੀ ਵਹਿੜ ਆ ਚੈੱਕ ਕਰੋ ਇਹ ਉਹਦੀ ਬੇਟੀ ਹੈ ਜਿਹੜੀ ਉਹਕੇ ਤੁਹਾਨੂੰ ਮੀਣੀ ਗਾਂ ਚੈੱਕ ਕਰਾਈ ਆ ਇਹ ਉਹਦੀ ਬੱਚੀ ਆ ਸਾਲ ਕਦੇ ਕਰੀਬ ਇਹਦੀ ਉਮਰ ਹੈ ਤਕਰੀਬਨ ਮਾਸ਼ਾਅੱਲਾ ਤੇ ਇਹਦਾ ਲੇਵਾ ਬੜਾ ਪਿਆਰਾ ਨਿਕੇ ਨਿਕੇ ਥਣੀਆਂ ਲੇਕਿਨ ਚੰਗਾ ਲੇਵਾ ਇਹਨੇ ਹੋਣੀ ਬਣਾਇਆ ਹੋਇਆ ਆ ਤੁਸੀਂ ਚੈੱਕ ਕਰ ਸਕਦੇ ਹੋ ਆ ਗਾਂ ਹੈ ਐ ਜਿਹੜੀ ਗਾਂ ਆ ਸਿਆਹੀ ਵਾਲਾ ਕ੍ਰਾਸ ਚੋਲਸਾਂ ਦੇ ਨਾਲ ਬੜੀ ਪਿਆਰੀ ਗਾਂ ਆ ਔਰ ਇਹਦਾ ਦੁੱਧ ਇਹਨਾਂ ਨੇ ਦੱਸਿਆ ਸੀਗਾ ਕਿ 14 ਲੀਟਰ ਤੱਕ 14.5 15 ਲੀਟਰ ਤੱਕ ਇੱਕ ਥਣ ਵਛੇ ਨੂੰ ਪਲਾ ਕੇ ਇਹਦਾ ਦੁੱਧ ਹੁੰਦਾ ਬਹੁਤ ਜ਼ਬਰਦਸਤ ਆ ਕਹਿੰਦੇ ਇਹਨੂੰ ਸਵੇਰ ਨੂੰ ਖਾਲ ਪਾਉ ਤੇ ਸ਼ਾਮ ਨੂੰ ਦੇ ਥੱਲੋਂ ਉਹਨਾਂ ਹੀ ਦੁੱਧ ਚੋਲੋ ਇਸ ਤਰ੍ਹਾਂ ਦੀ ਇਸ ਕੁਆਲਟੀ ਦੀ ਨਸਲ ਆਏ ਯਾਨੀ ਕਿ ਇਹਦਾ ਇਹਨਾਂ ਦੁੱਧ ਹੈ ਇਹਦਾ ਔਰ ਇਹਦਾ ਇੱਕ ਇਹਨੂੰ ਫਾਲਟ ਬਣ ਗਿਆ ਇਹਦਾ ਇੱਕ ਥਣ ਖਰਾਬ ਹੋ ਗਿਆ ਇਹਨਾਂ ਦੇ ਕੋਲੋਂ ਘਾਰੀ ਇਹਨਾਂ ਦੇ ਕੋਲ ਖਰਾਬ ਹੋਇਆ ਔਰ ਇਹਨਾਂ ਨੇ ਟ੍ਰੀਟਮੈਂਟ ਕਰਾਈ ਆ ਐਸ ਸਾਈਡ ਦਾ ਯਾਨੀ ਕਿ ਜਿਹੜਾ ਥਾਣਾ ਨਾ ਮੈਂ ਕੋਸ਼ਿਸ਼ ਕੀਤੀ ਆ ਵੀਡੀਓ ਬਣਾਉਣ ਦੀ ਲੇਕਿਨ ਉਹਨਾਂ ਨੇ ਬਣਾਉਣ ਨਹੀਂ ਦਿੱਤੀ ਚੱਜਣਾ ਆਹ ਔਰਲੀ ਸਾਈਡ ਦਾ ਜਿਹੜਾ ਇੱਕ ਥਾਣੇ ਦਾ ਮਿਸ ਹੋ ਗਿਆ ਟ੍ਰੀਟਮੈਂਟ ਕੀਤੀ ਆ ਸੋਜਿਸ਼ ਪੈ ਗਈ ਸੀ ਉਸ ਤੋਂ ਬਾਅਦ ਨਾ ਸੋਜਿਸ਼ ਉਤਰ ਗਈ ਹੁ ਲੇਕਿਨ ਇਹ ਆ ਕਿ ਹੋ ਸਕਦਾ ਕਿ ਥਣ ਚੱਲ ਪਵੇ ਔਰ ਨਾ ਹੋ ਸਕਦਾ ਕਿ ਨਾ ਚੱਲੇ ਇਹ ਵੀ ਫਾਰਸੇਲ ਆ ਸਾਰਾ ਇਸ ਘਰ ਦਾ ਮਾਲ ਫਾਰਸੇਲ ਹੈ ਆ ਨਾ ਇਹਨੇ ਬਣਾਣ ਨਹੀਂ ਦਿੱਤੀ ਵੀਡੀਓ ਹੈ ਤੇ ਤਿੰਨ ਥਣ ਮਾਸ਼ਾਅੱਲਾ ਬਿਲਕੁਲ ਯੈਸ ਆ ਟ੍ਰੀਟਮੈਂਟ ਬੜੀ ਕੀਤੀ ਇਹਨਾਂ ਨੇ ਇਸ ਗਾਂ ਦਾ ਇਹਨਾਂ ਨੂੰ 1.5 ਲੱਖ ਰੁਪਏ ਪਿਛਲੇ ਵਾਰੀ ਲੱਗਾ ਪਿਛਲੇ ਸਾਲ ਇਹਨਾਂ ਨੇ ਸੂਏ ਤੇ ਮੁੱਲ ਲਵਾਇਆ ਸੀ ਇੱਕ ਗਾਂ ਇਹਨਾਂ ਦੇ ਕੋਲ ਐ ਖੜੀ ਆ ਇਹ ਗਾਂ ਦਾ 8 ਲੀਟਰ ਦੁੱਧ ਆ 8 ਦੋ ਟਾਈਮ ਦਾ ਯਾਨੀ ਕਿ 4 ਸਵੇਰ 4 ਸ਼ਾਮ ਬੱਚੇ ਨੂੰ ਪਲਾ ਕੇ ਇੱਕ ਥਣ ਚਾਰੇ ਥਾਣੋ ਕੇ 마শাআল্লাহ ਬਿਲਕੁਲ ਯੈਸ ਐਦੀ 1 ਲੱਖ ਰੁਪਿਆ ਕੀਮਤ ਕਰ ਰਿਆ ਜੇ ਦਾ ਥਣ ਖਰਾਬ ਆ ਇਸ ਗਾਂ ਦਾ ਇਸ ਟਾਈਮ ਇਹਨਾਂ ਨੇ 1.5 ਲੱਖ ਰੁਪਿਆ ਕੀਮਤ ਕੀਤੀ ਆ ਉਹਨੂੰ 7ਵਾਂ ਮਹੀਨਾ ਵਾ ਸੋਣ ਨੂੰ ਯਾਨੀ ਕਹਿੰਨਾ ਥੋੜਾ ਲੇਟ ਆਲੇ ਕੋਈ 1.5 ਕਿ ਮਹੀਨਾ ਰਹਿੰਦਾ ਤਕਰੀਬਨ 1.5 2 ਮਹੀਨੇ ਦੇ ਕਰੀਬ ਟਾਈਮ ਰਹਿੰਦਾ ਆ ਤੁਸੀਂ ਚੈੱਕ ਕਰ ਸਕਦੇ ਹੋ ਇਹਦਾ 8 ਲੀਟਰ ਦੁੱਧ ਆ ਔਰ ਸਾਰਾ ਮਾਲ ਕਹਿੰਦੇ ਅਸੀਂ ਫਾਰ ਸੇਲ ਕਰਨਾ ਸਾਨੂੰ ਯਾਨੀ ਕਿ ਜ਼ਰੂਰਤ ਆ ਇਹਨਾਂ ਦਾ ਮੁੰਡਾ ਸਿਗਾ ਉਹਦੀ ਜੋਬ ਵਗੈਰਾ ਹੋਗੀ ਤੇ ਇਹਨੇ ਫਾਰ ਸੇਲ ਆ ਆ ਇਹਦਾ ਬੱਚਾ ਹੈਗਾ ਪਿੱਛੇ ਬੱਛਾ ਵਾਇਦਾ तकरीबन ਮੇਰੇ ਖਿਆਲ ਇੱਕ ਮਹੀਨੇ ਦੇ ਦੱਸ ਰਹੇ ਸੀਗੇ ਕਿ ਇੱਕ ਮਹੀਨਾ ਹੋ ਗਿਆ ਵਾ ਯਾਨੀ ਕਿ ਸੂਈ ਨੂੰ ਇਹਨੂੰ ਤੇ ਦੁੱਧ 8 ਕਿਲੋ ਹੈ ਦਾ ਨਾ ਬੱਚੇ ਇੱਕ ਥਣ ਪਲਾ ਰਿਹਾ ਤੇ ਬਾਕੀ ਯਾਨੀ ਕਿ ਤਿੰਨ ਥਣ ਆਪ ਚੋਰ ਆ ਆ ਜਿਹੜੀ ਲਾਲ ਵੈੜ ਆਪਣੇ ਸਾਹਮਣੇ ਖੜੀ ਆ ਇਹਦਾ 75000 ਰੁਪਏ ਕੀਮਤ ਕਰ ਰਿਹਾ ਪਿਓਰ ਸਿਆਹੀ ਵਾਲ ਨਸਲਾ ਪਿਓਰ ਸਿਆਹੀ ਵਾਲ ਔਰ ਇਹਦਾ ਲੇਵਾ ਹੀ ਬੜਾ ਹੈਗਾ ਅਗਰ ਕੋਈ ਪਾਈ ਇੰਟਰਸਟਡ ਹੋਵੇ ਤੇ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਤੁਸੀਂ ਮੈਨਾਂ ਦਾ رابطہ ਕਰੋ ਇਹਨਾਂ ਦੇ ਕੋਲ ਵਟਸਐਪ ਨੰਬਰ ਨਹੀਂ ਸੀ ਮੈਂ ਪਲਾਨ ਸੀ ਕਿ ਨੰਬਰ ਇਹਨਾਂ ਦੇ ਦਾਂਗਾ ਉਸ ਤੋਂ ਬਾਅਦ ਇਹਨਾਂ ਦੇ ਕੋਲ ਆ ਜਿਹੜਾ ਬੱਚਾ ਖੜਾ ਕਾਲੇ ਰੰਗ ਦਾ ਇਹਦਾ ਇਹਨਾਂ ਨੇ 55000 ਰੁਪਏ ਮੁੱਲ ਕੀਤਾ ਹਾਲਾਂਕਿ ਵੇੜ ਨਾਲੋਂ ਵੱਡਾ ਹੈ 2.5 ਤੋਂ ਪੌਣੇ 3 ਮਣ ਦੀਆਂ ਬੋਟੀਆਂ ਦੱਸਦੇ ਆ ਕਿ 2.5 ਤੋਂ ਪੌਣੇ 3 ਮਣ ਐਸ ਬੱਚੇ ਦੀਆਂ ਬੋਟੀਆਂ ਮਾਸ਼ਾਅੱਲਾ ਬੜਾ ਸੋਹਣਾ ਹੈਗਾ ਇਹ ਦੋਸਤੋ ਸਾਰਾ ਮਾਲ ਇਹਨਾਂ ਦਾ ਫਾਰਸੇਲ ਲਾਇਆ ਹੋਇਆ ਹੈ ਆ ਜਿਹੜੀ ਬੱਛੀ ਆ ਲਾਲ 75000 ਰੁਪਏ ਦੀ ਕਾਲਾ ਬੱਚਾ ਜਿਹੜਾ ਹੈ 55000 ਰੁਪਏ ਦਾ ਜਿਹੜੀ ਚਿੱਟੀ ਗਾਂ ਜਿਹਦਾ ਥਣ ਖਰਾਬ ਹੋਇਆ ਇਹਦਾ 1.5 ਲੱਖ ਰੁਪਏ ਕੀਮਤ ਆ ਜਿਹੜੀ ਸੂਈ ਹੋਈ ਆ ਉਹਦਾ 1 ਲੱਖ ਰੁਪਏ ਕੀਮਤ ਆ ਉਸ ਬੱਦਾ ਜਿਹੜੇ ਮੀਣੀ ਗਾਵਾਂ ਇਹਦਾ 1.5 ਲੱਖ ਰੁਪਏ ਕੀਮਤ ਆ ਔਰ ਇਹਦੇ ਨਾਲ ਇਹ ਵੀ ਇਹ ਵੀ ਗੱਲ ਕਰਦੇ ਆ ਕਿ ਇਹਦੇ ਥੱਲੇ ਮੱਖਣੀ ਬੜਾ ਇਹਨਾਂ ਦੇ ਘਰ ਤੇ 3-4 ਸੂਏ ਯਾਨੀ ਕਿ ਇਹਦਾ ਤੀਸਰਾ ਸੂਆ ਇਹਨਾਂ ਦੇ ਘਰ ਇਸ ਟਾਈਮ ਇਹਨੇ ਦੇਣਾ ਤੀਸਰਾ ਸੂਆ ਔਰ ਇਹਨਾਂ ਦੇ ਘਰ ਯਾਨੀ ਕਿ ਪਹਿਲੀ ਵਾਰੀ ਹੋਈ ਸੀ ਆ ਗਾਏ ਆ ਇਹ ਜਦੋਂ ਖਾਏਗੀ ਪੱਠੇ ਹੋਰੇ ਇੰਨੀ ਕ ਸੀਰਾ ਦੱਸ ਦੇ ਵੀ ਇਹਨਾਂ ਦਾ ਬੱਚਾ ਕੋਈ ਵੀ ਨਿਆਣਾ ਆ ਜਾਵੇ ਉਹ ਆਗੇ ਤੇ ਚੋਕ ਲਿਆ ਜਾ ਸਕਦਾ ਇਹ ਤੁਹਾਨੂੰ ਉਹਨਾਂ ਮੁਸ਼ਕਲ ਨਹੀਂਗਾ ਨਿਆਣੇ ਦੇ ਉੱਤੇ ਚੜ ਕੇ ਖੇਲਦੇ ਰਹਿੰਦੇ ਬਹੁਤ ਅਸੀਲਾ ਆ ਇਹਦੀ ਬੱਚੀ ਆ ਇਹ ਬੱਚੀ ਉਸੇ ਮੀਣੀ ਗਾਂ ਦੀ ਆ ਜਨ ਕਿ ਜਿਹਦੇ ਛੋਟੇ ਛੋਟੇ ਸਿੰਗ ਆ ਔਰ ਬਹੁਤ ਪਿਆਰੀ ਨਸਲ ਆ ਪਿਓਰ ਸਹੀ ਵਾਲ ਦੇ ਵਿੱਚ ਕਾਲੀਆਂ ਅੱਖਾਂ ਟੋਟਲ ਲਾਲ ਕਲਰ ਤੇ ਲੇਵਾ ਹੀ ਮਾਸ਼ੱਲਾ ਬੜਾ ਵੱਡਾ ਹੈ ਦਾ ਚੰਗਾ ਚੰਗਾ ਚੱਡਾ ਹੈਗਾ ਇਹਦਾ ਇਹ ਸਾਰਾ ਲੱਗਦੀ ਹੈ ਜਿਵੇਂ ਨਵੀਂ ਹੋਈ ਹੈ ਲੇਕਿਨ ਇਹ ਨਵੀਂ ਨਹੀਂ ਹੋਈ ਹਲੇ 25 ਹੈਗੀ ਹੈ ਜਦੋਂ ਇਨਸ਼ਾਅੱਲਾ ਹੋਏਗੀ ਤੇ ਉਦੋਂ ਬੜੀ ਬਰੀਡ ਬਣੇਗੀ ਇਹ ਗਾਇਆ ਇਹਨੂੰ ਇਹਨਾਂ ਨੇ ਅੱਗੇ ਜਿਹੜਾ ਵਾ ਸੇਵ ਵਾਲਾ ਟਿਕਰ ਖਾਇਆ ਹੋਇਆ ਇੱਕ ਥਾਂ ਨੂੰ ਇਹਦੇ ਨੂੰ ਫਾਲਟ ਆ ਦੱਸਿਆ ਜਿਹੜੇ ਪਹਿਲੇ ਡਿਟੇਲ ਇਹਦੀ ਸਾਰੀ ਇਹਦਾ ਦੁੱਧ ਬਹੁਤ ਆ ਦੱਸ ਇਹਨੂੰ ਇੱਕ ਟਾਈਮ ਖਾਲ ਪਾਓਗੇ ਸਵੇਰ ਖਾਲ ਪਾਓ ਇਹਨੂੰ ਤੇ ਸ਼ਾਮ ਨੂੰ ਉਹਨਾਂ ਹੀ ਦੁੱਧ ਚੋਲੋ ਅਸੀਲ ਆ ਛੋਟੇ ਛੋਟੇ ਸਿੰਗ ਮਾਰਦੀ ਨਹੀਂ ਬਿਲਕੁਲ ਵੀਡੀਓ ਬਣਾ ਰਿਹਾ ਤਾਂ ਕਰਕੇ ਥੋੜਾ ਕੋਰੀ ਹੈ ਤਿੰਨ ਥਾਣੇ ਦੇ ਇਸ ਟਾਈਮ ਚਾਰੇ ਯਸਾ ਬਿਲਕੁਲ ਤੇ ਚੌਥਾ ਜਿਹੜਾ ਉਹਦਾ ਹੁਣ ਦੇਖੋ ਕੀ ਬਣਦਾ ਉਹ ਸੂਏਗੀ ਤੇ ਬੈਸਟ ਆਫ ਲੱਕੀ ਬਣਦਾ ਅੱਲਾਹ ਤਾਲਾ ਬਿਹਤਰ ਕਰੇ ਟ੍ਰੀਟਮੈਂਟ ਕਹਿੰਦੇ ਬੜੀ ਕਰਾਈ ਐ ਐਸੋਸੀਏਸ਼ਨ ਨੂੰ ਆਰਾਮ ਆ ਗਿਆ ਪਹਿਲੇ ਤਾਂ ਕਹਿੰਦੇ ਸੀ ਫੁੱਲ ਗਿਆ ਸੀ ਥਾਣਾ ਨਾ ਮਸਲਾ ਬਣ ਗਿਆ ਸੀ ਆਉਲੀ ਸਾਈਡ ਵਾਲਾ ਜਿਹੜਾ ਥਾਣਾ ਇਹਦੀ ਇਸ ਟਾਈਮ ਇਹਨਾਂ ਨੇ 1 ਲੱਖ 20000 ਰੁਪਏ ਕੀਮਤ ਮੰਗ ਰਾਇਆ ਕਹਿੰਦੇ 1 ਲੱਖ 20000 ਤੋਂ ਥੱਲੇ ਨਹੀਂ ਦੇਣੀ ਕਿਉਂਕਿ ਇਹਦਾ ਦੁੱਧ ਜਿਹੜਾ ਦੁੱਧ ਉਹਨਾਂ ਹੀ ਰਹੇਗਾ ਜਿੰਨਾ ਹੈ ਦੁੱਧ ਨੂੰ ਨਹੀਂ ਫਰਕ ਪੈਂਦਾ ਲੇਕਿਨ ਇਹ ਆ ਕੇ ਥੋੜਾ ਜਿਹਾ ਮ ਦੁੱਧ ਦਾ ਬਹੁਤ ਜ਼ਿਆਦਾ ਦੁੱਧ ਨੂੰ ਬੜੀ ਅਸੀ